ਦਿੱਲੀ ਦੇ ਵੱਖ-ਵੱਖ ਬਾਰਡਰਾਂ ਤੇ ਸ਼ੁਰੂ ਹੋਈ ਟਰੈਕਟਰ ਪ੍ਰੇਡ ਕਿਸਾਨਾਂ ਨੇ ਤੋੜੇ ਟਿਕਰੀ ਅਤੇ ਸਿੰਘੂ ਬਾਰਡਰ ਦੇ ਬੈਰੀਕੇਡ ਤਿੰਨ ਕੇਂਦਰੀ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਦਿੱਲੀ ਹਰਿਆਣਾ ਦੇ ਸਿੰਘੂ ਬਾਰਡਰ ਤੇ ਚੱਲ ਰਿਹਾ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਮੰਗਲਵਾਰ ਯਾਨੀ ਕਿ ਅੱਜ ਨੂੰ 62ਵੇਂ ਦਿਨ ਵਿੱਚ ਐਂਟਰ ਕਰ ਗਿਆ ਹੈ ਇਸ ਦੌਰਾਨ ਦਿੱਲੀ ਦੇ ਤੀਨ ਰੋਟਾ ਤੋਂ ਕਿਸਾਨਾਂ ਨੇ ਟਰੈਕਟਰ ਪ੍ਰੇਡ ਕਰਨੀ ਸ਼ੁਰੂ ਕਰ ਦਿੱਤੀ। ਇਸ ਪ੍ਰੇਡ ਵਿੱਚ 35 ਲੱਖ ਰੁਪਏ ਦੀ ਕੀਮਤ ਦਾ ਟਰੈਕਟਰ ਵੀ ਸ਼ਾਮਲ ਹੈ ਜੋ ਲੋਕਾਂ ਨੂੰ ਕਾਫੀ ਲੁਭਾ ਰਿਹਾ ਹੈ। ਸੋਮਵਾਰ ਨੂੰ ਯਾਨੀ ਕਿ ਕੱਲ ਜਿਵੇਂ-ਜਿਵੇਂ ਦਿਨ ਚੜ੍ਹਿਆ ਬਾਰਡਰ ਤੇ ਬਦਲਾਅ ਵੀ ਹੁੰਦਾ ਚਲਾ ਗਿਆ ਤੇ ਦੇਰ ਸ਼ਾਮ ਤੱਕ ਦਿੱਲੀ ਆਉਣ ਵਾਲੇ ਰਸਤੇ ਨੂੰ ਲਗਭਗ ਸਾਫ਼ ਕਰ ਦਿੱਤਾ ਗਿਆ ਸੀ ਤਾਂ ਕਿ ਟਰੈਕਟਰ ਮਾਰਚ ਦੌਰਾਨ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਪੈਦਾ ਨਾ ਹੋ ਸਕੇ। ਸੜਕ ਸਾਫ਼ ਕਰਨ ਦੇ ਨਾਲ ਪੁਲਿਸ ਨੇ ਸੁਰੱਖਿਆ ਦਾ ਧਿਆਨ ਰੱਖਦੇ ਹੋਏ ਕੰਕਰੀਟ ਦੇ ਡਰਾਈਵਰਾਂ ਨੂੰ ਸੜਕ ਦੇ ਕਿਨਾਰੇ ਹੀ ਰੱਖਿਆ। ਦਿੱਲੀ ਪੁਲਸ ਨੇ ਕਿਸਾਨਾਂ ਨੂੰ ਬਾਰਡਰ ਪਾਰ ਕਰਨ ਤੋਂ ਰੋਕਣ ਦੇ ਲਈ ਬੈਰੀਕੇਡ ਲਗਾਏ ਹੋਏ ਸੀ ਸੋਮਵਾਰ ਨੂੰ ਦਿੱਲੀ ਪੁਲਸ ਦੇ ਜਵਾਨ ਹੀ ਕਿਸਾਨ ਨੇਤਾਵਾਂ ਦੀ ਗੱਡੀਆਂ ਨੂੰ ਰਸਤਾ ਦਿੰਦੇ ਹੋਏ ਨਜ਼ਰ ਆਏ ਇਸ ਤੋਂ ਬਾਅਦ ਅਜ ਗਨਤੰਤਰ ਦਿਵਸ ਮੌਕੇ ਕੁਝ ਅਜੀਹਾ ਹੋਇਆ ਕਿ ਕਿਸਾਨਾਂ ਨੇ ਟਿਕਰੀ ਅਤੇ ਸਿੰਗੂ ਬਾਰਡਰ ਦੇ ਲਗਾਏ ਬੈਰੀਕੇਡ ਤੋੜ ਦਿੱਤੇ ਜੀ ਹਾਂ ਦਿੱਲੀ ਸਥਿਤ ਟਿਕਰੀ ਬਾਰਡਰ ਤੇ ਧੰਨਾ ਦੇ ਰਹੀ ਕਿਸਾਨਾਂ ਨੇ ਬੈਰੀਕੇਡ ਤੋੜ ਦਿੱਤੇ ਦਿੱਲੀ ਵਿੱਚ ਕਾਫੀ ਸਮੇਂ ਬਾਅਦ ਟਿਕਰੀ ਬਾਰਡਰ ਦਾ ਨਜ਼ਾਰਾ ਬਦਲਿਆ ਨਜ਼ਰ ਆਇਆ ਕਿਸਾਨਾ ਵਲੋਂ ਗਨਤੰਤਰ ਦਿਵਸ ਮੌਕੇ ਇਕੱਠੀ ਜਾ ਰਹੀ ਟਰੈਕਟਰ ਰੈਲੀ ਨੂੰ ਪੁਲਿਸ ਵੱਲੋਂ ਰਸਤਾ ਨਹੀਂ ਦਿੱਤਾ ਜਾ ਰਿਹਾ ਸੀ ਪੁਲਿਸ ਵੱਲੋਂ ਟਰੈਕਟਰ ਰੈਲੀ ਦੀ ਇਜਾਜ਼ਤ ਮਿਲਣ ਦੇ ਬਾਅਦ ਵੀ ਸਿੰਘੂ ਬਾਰਡਰ ਤੇ ਲੱਗੇ ਬੈਰੀਕੇਡ ਪ੍ਰਸ਼ਾਸਨ ਵੱਲੋਂ ਨਹੀਂ ਹਟਾਏ ਗਏ ਇਸ ਤੋਂ ਬਾਅਦ ਕਿਸਾਨਾਂ ਨੇ ਐਲਾਨ ਕਰਕੇ ਟਰੈਕਟਰ ਨਾਲ ਇਹ ਬੈਰੀਕੇਡ ਹਟਾ ਦਿੱਤੇ ਤੁਹਾਨੂੰ ਦੱਸ ਦਈਏ ਕਿ ਗਨਤੰਤਰ ਦਿਵਸ ਮੌਕੇ ਕਿਸਾਨਾਂ ਦੀ ਟਰੈਕਟਰ ਰੈਲੀ ਦੇ ਮੱਦੇਨਜ਼ਰ ਇੱਕ ਖਬਰ ਮਿਲੀ ਕਿ ਕਿਸਾਨ ਸਿੰਘੂ ਬਾਰਡਰ ਅਤੇ ਟਿਕਰੀ ਬਾਰਡਰ ਤੇ ਬੈਰੀਕੇਡ ਤੋੜ ਕੇ ਅੱਗੇ ਵਧ ਗਏ ਇਸ ਦੇ ਚਲਦਿਆ ਤੁਹਾਨੂੰ ਦੱਸ ਦੇਈ ਕਿ ਪੰਜਾਬ ਤੋਂ ਟਰੈਕਟਰ ਪ੍ਰੇਡ ਵਿੱਚ ਸ਼ਾਮਲ ਹੋਣ ਲਈ ਸੋਮਵਾਰ ਤੋਂ ਹੀ ਵੱਡੀ ਗਿਣਤੀ ਵਿੱਚ ਟਰੈਕਟਰ ਮੋਰਚੇ ਵਿੱਚ ਸ਼ਾਮਲ ਹੋ ਰਹੇ ਨੇ ਸਪਰੇਡ ਵਿੱਚ ਔਰਤਾ ਅਤੇ ਬੱਚਿਆਂ ਵੱਲੋਂ ਵੀ ਵੱਡੀ ਗਿਣਤੀ ਚ ਸ਼ਮੂਲੀਅਤ ਕੀਤੀ ਜਾ ਰਹੀ ਹੈ ਕਿਸਾਨਾਂ ਨੇ ਆਪਣੇ ਟਰੈਕਟਰਾਂ ਉੱਤੇ ਤਿਰੰਗਾ ਅਤੇ ਕਿਸਾਨ ਐਸੋਸੀਏਸ਼ਨਾਂ ਦੇ ਝੰਡੇ ਵੀ ਲਗਾਏ ਹੋਏ ਨੇ ਹੁਣ ਵੇਖਣਾ ਇਹ ਹੋਵੇਗਾ ਕਿ ਅੱਗੇ ਦੀ ਸਥਿਤੀ ਕੀ ਬਣਦੀ ਹੈ ਕਿ ਕਿਸਾਨ ਦਿੱਲੀ ਦੇ ਵੱਖ-ਵੱਖ ਬਾਰਡਰਾਂ ਤੇ ਆਪਣੀ ਟਰੈਕਟਰ ਪ੍ਰੇਡ ਸ਼ਾਂਤੀਪੂਰਨ ਕਰ ਪਾਉਣਗੇ ਜਾਂ ਫਿਰ ਨਹੀਂ ਦਿੱਲੀ ਬਾਰਡਰ ਨਾਲ ਜੁੜੀ ਹਰ ਇੱਕ ਅਪਡੇਟ ਜਾਣਨ ਲਈ ਜੁੜੇ ਰਹੋ ਚਰਦੀਗਲਾ ਟੈਮ ਟੀਵੀ ਦੇ ਨਾਲ